ਹਾਂਜੀ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਵਿੱਚ ਜਿਹੜੀ ਤੁਹਾਨੂੰ ਮੱਝ ਦਿਖ ਰਹੀ ਆ ਇਹ ਮੱਝ ਆਪਣੇ ਘਰ ਦੀ ਮੱਝ ਆ ਤੇ ਇਹ ਆਪਾਂ ਸੇਲ ਕਰਨੀ ਆ ਤੇ ਇਸ ਮੱਝ ਦੀ ਡਿਟੇਲ ਇਸ ਤਰ੍ਹਾਂ ਆ ਵੀ ਇਸ ਮੱਝ ਨੇ ਇਸ ਵਾਰ ਚੌਥੇ ਸੂਏ ਸੂਣਾ ਆ ਤੇ ਸੁਲਤਾਨ ਬੁੱਢੇ ਖੇੜੇ ਦੇ ਸੀਮਨ ਤੋਂ ਇਹ ਪ੍ਰੈਗਨੈਂਟ ਆ ਮੈਂ ਆਪ ਖੁਦ ਜਾ ਕੇ ਦਸ਼ਮੀਸ਼ ਡੇਰੀ ਵਾਲਿਆਂ ਤੋਂ ਘਰੋਂ ਸੀਮਨ ਲੈ ਕੇ ਆਂਦਾ ਸੀਗਾ ਤੇ ਮੱਝ ਦੀ ਕੁਆਲਿਟੀ ਬਹੁਤ ਵਧੀਆ ਵਾ ਇਹ ਕਾਗਜ਼ ਵਰਗੀ ਚਮੜੀ ਹੈ ਮਹਿੰਦੀ ਤੇ ਮੱਝ ਨੇ ਚੌਥੇ ਸੂਏ ਸੂਣਾ ਵਾ ਤੇ ਦੁੱਧ ਮੈਂ ਥੱਲੇ 17-18 ਕਿਲੋ ਖੁੱਲਾ ਹੀ ਦੁੱਧ ਆ ਥਣਲੇਵੇ ਦੀ ਬਹੁਤ ਸਾਫ਼ ਆ ਮੱਝ ਚਵਾਈ ਮੱਝ ਦੀ ਇੰਨੀ ਕੋਪੋਲੀ ਆ ਵੀ 4-5 ਮਿੰਟਾਂ ਤੱਕ ਮਿੰਟਾਂ ਚ ਸਾਰੀ ਮਹਿਚ ਹੋਈ ਜਾਂਦੀ ਆ ਬਹੁਤ ਵਧੀਆ ਬਹੁਤ ਪੋਲੀ ਚਵਾਈ ਦੀ ਮੈਂ ਆ ਤੇ ਇਹਨੂੰ 6ਵਾਂ ਮਹੀਨਾ ਲੱਗਿਆ ਹੋਇਆ ਵਾ ਤੇ ਇਹਨੂੰ ਸੂਈ ਨੂੰ ਵੀ ਤਕਰੀਬਨ ਸਾਲ ਤੋਂ ਉੱਤੇ ਹੀ ਹੋ ਗਿਆ ਵਾ ਇੱਕ ਸਾਲ ਤੇ 2 2.5 ਮਹੀਨੇ ਹੋ ਗਏ ਆ ਤੇ ਇਹਨੂੰ ਥੋੜਾ ਲੇਟ ਹੀ ਕਰਾਇਆ ਸੀਗਾ ਤੇ ਇਸ ਕਰਕੇ ਹੁਣ ਇਹਨੂੰ ਦੁੱਧੋਂ ਅਸੀਂ ਛੱਡ ਰਹੇ ਆ ਹੁਣ ਤੀਜੇ ਡੰਗ ਪਾਈ ਹੋਈ ਆ ਤੇ 5 ਕਿਲੋ 6 ਕਿਲੋ ਦੁੱਧ ਚੋ ਲਈ ਦਾ ਤੀਜੇ ਡੰਗ ਤਾਂ ਕਰਕੇ ਛੱਡਣੇ ਛੜਤੀ ਵੀ ਚਲੋ ਪੂਰਾ ਰਾਜੀ ਹੋ ਜੂਗੀ ਤੇ ਸੂਣ ਤੱਕ ਇਹ ਮੈਂ ਰਾਜੀ ਵੀ ਬਹੁਤ ਹੋ ਜਾਂਦੀ ਆ ਤੇ ਚੰਮਵਣੀ ਚੜਾਉਂਦੀ ਤੇ ਦੁੱਧ ਦੇ ਵਿੱਚ ਆਪਦਾ ਬਹੁਤ ਮਤਲਬ ਵਧੀਆ ਪੀਕ ਲੈਵਲ ਤੇ ਪ੍ਰਦਰਸ਼ਨ ਕਰਦੀ ਆ 17 18 ਕਿਲੋ ਜਣ ਦੀ ਖੁੱਲਾ ਹੀ ਦੁੱਧ ਆ ਨਾਰਮਲ ਜੀ ਡਾਈਟ ਜਿਵੇਂ ਆਪਣੀ ਘਰਾਂ ਚ ਹੁੰਦੀ ਆਮ ਹਨਾ ਹਰਾ-ਹਰਾ ਪਾਲਿਆ ਤੇ ਨਾਲ 4-5 5-1 ਕਿਲੋ ਫੀਡ ਦੇਤੀ ਜਿਵੇਂ ਸ਼ਾਮ ਨੂੰ ਇਹਨੂੰ ਫੀਡ ਦੇਦੀ ਦੀ ਆ 3 6 3 ਕਿਲੋ ਸਵੇਰੇ ਦਲੀਆ ਕਣਕ ਦਾ ਵਿੱਚ ਸਰੋਂ ਤੇਲ ਪਾ ਕੇ ਜਾਂ ਗੁੜ ਪਾ ਕੇ ਦੀ ਇਹ ਡਾਈਟ ਸੀਗੀ ਦਲੀਏ ਨੂੰ ਬਹੁਤ ਮੰਨਦੀ ਆ ਇਹ ਦਲੀਆ ਦਾ ਨੂੰ ਭਾਵੇਂ ਸਾਰਾ ਸਾਲ ਪਾਈ ਚਲੋ ਤੇ ਦੁੱਧ ਨਹੀਂ ਟੁੱਟਦਾ ਇਹਦਾ ਤੇ ਬਹੁਤ ਵਧੀਆ ਮੱਝ ਦਾ ਪ੍ਰਦਰਸ਼ਨ ਹੁੰਦਾ ਦੁੱਧ ਤੇ ਤੇ ਮੋਲੇ ਦਾ ਆਪਾਂ ਜੀ ਫੋਨ ਤੇ ਕਰਾਂਗੇ ਨੰਬਰ ਸਕਰੀਨ ਤੇ ਚੱਲ ਰਿਹਾ ਵਾ 987316269 ਪਿੰਡ ਕੋਕਰੀ ਕਲਾਮ ਤੇ ਜਿਹੜੇ ਵੀਰ ਨੇ ਖਰੀਦਣੀ ਹੋਵੇ ਮੱਝ ਉਹ ਸੰਪਰਕ ਕਰ ਸਕਦਾ ਜੀ ਤੇ ਸਵਾਦ ਲੈਣ ਵਾਲੇ ਵੀਰ ਭਾਵੇਂ ਸੰਪਰਕ ਨਾ ਕਰਨ